ਵਾਹਿਗੁਰੂ ਜੀ ਇੱਕ ਮਿੰਟ ਲਈ ਮੈਂ ਕਿਹਾ ਚੁੱਪ ਹਾਂਜੀ ਅਸੀਂ ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਅੱਜ ਦੀਨਾ ਸਾਹਿਬ ਦੀ ਧਰਤੀ ਤੋਂ ਜਿਹੜੀ ਇਤਿਹਾਸਕ ਧਰਤੀ ਹੈ ਉੱਥੋਂ ਅਰਦਾਸ ਕਰਕੇ ਚੱਲੇ ਸੀਗੇ ਅਕਾਲ ਤਖਤ ਸਾਹਿਬ 'ਤੇ ਅਰਦਾਸ ਕੀਤੀ ਹੈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਗੇ ਅਤੇ ਅਸੀਂ ਅੱਜ ਬੜੇ ਦੁਖੀ ਹਿਰਦੇ ਨਾਲ ਆਪ ਜੀ ਦੇ ਨਾਲ ਜਿਹੜੀ ਸਾਂਝ ਪਾ ਰਹੇ ਹਾਂ ਕਿ ਅੱਜ ਸ਼ਰਮ ਪੱਤਰ ਸਾਡੀ ਮਾਣਮੱਤੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਸਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦੇ ਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਸੀਗੀ ਉਹ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕ ਪੰਥਕ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਕੇ ਪੰਥ ਦੋਖੀਆਂ ਨਾਲ ਰਲ ਕੇ ਇਸ ਕਿਸਮ ਦੀਆਂ ਘਣਾਉਣੀਆਂ ਹਰਕਤਾਂ ਕਰ ਰਹੇ ਨੇ ਕਿ ਅੱਜ ਸਾਨੂੰ ਸਾਰੇ ਸਿੱਖਾਂ ਨੂੰ ਦੁਖੀ ਹਿਰਦੇ ਨਾਲ ਆਪਣੀ ਸਰਮੌਰ ਸੰਸਥਾ ਦੇ ਪ੍ਰਧਾਨ ਸਰਦਾਰ ਲੌਂਗੋਵਾਲ ਨੂੰ ਸ਼ਰਮ ਪੱਤਰ ਜਿਹੜਾ ਦੇਣਾ ਪੈ ਰਿਹਾ ਅਗਲਾ ਜਿਹੜਾ ਐਕਸ਼ਨ ਹੈ ਸਾਡਾ ਅੱਜ ਅਸੀਂ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਸ਼ਰਮ ਪੱਤਰ ਅਸੀਂ ਅੱਜ ਇੱਥੇ ਪਾਵਨ ਪਵਿੱਤਰ ਧਰਤੀ ਦੇ ਉੱਪਰ ਐਲਾਨ ਕਰਦੇ ਹਾਂ ਕਿ 14 ਅਕਤੂਬਰ ਉਹ ਦਿਨ ਜਿਸ ਦਿਨ ਬਾਣੀ ਪੜ੍ਹਦੀਆਂ ਸੰਗਤਾਂ ਦੇ ਉੱਤੇ ਤਸ਼ੱਦਦ ਹੋਇਆ ਗੰਦਾ ਪਾਣੀ ਸੁੱਟ ਕੇ ਗੋਲੀਆਂ ਮਾਰ ਕੇ ਲਾਠੀਆਂ ਮਾਰ ਕੇ ਦਰਬਾਰ ਏ ਖਾਲਸਾ ਜਥੇਬੰਦੀ ਸਾਰੀ ਕੌਮ ਨੂੰ ਬੇਨਤੀ ਕਰੇਗੀ ਕਿ 14 ਅਕਤੂਬਰ ਦਾ ਦਿਨ ਅਸੀਂ ਲਾਣਤ ਦਿਹਾੜੇ ਵਜੋਂ ਮਨਾਵਾਂਗੇ 14 ਅਕਤੂਬਰ ਲਾਣਤ ਦਿਹਾੜੇ ਵਜੋਂ ਅਸੀਂ ਸੰਕੇਤਕ ਤੌਰ 'ਤੇ ਕੋਟਕਪੂਰੇ ਦੇ ਉਸੇ ਚੌਂਕ ਦੇ ਵਿੱਚ ਧਰਨਾ ਵੀ ਉਸ ਜਿਹੜਾ ਮੁਜ਼ਾਹਰਾ ਕਰਾਂਗੇ ਰੋਸ ਕਰਾਂਗੇ ਔਰ ਜਿਹੜਾ ਸੰਗਤ ਨੂੰ ਅਸੀਂ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਨੂੰ ਅਤੇ ਇਨਸਾਫ ਪਸੰਦ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਪੱਕੇ ਤੌਰ 'ਤੇ ਹਰ 14 ਅਕਤੂਬਰ ਨੂੰ ਉਹ ਆਪੋ ਆਪਣੇ ਸਾਧਨਾ ਨਾਲ ਇਸ ਦਿਨ ਨੂੰ ਲਾਣਤ ਦਿਹਾੜੇ ਵਜੋਂ ਮਨਾਉਣ ਔਰ ਦੂਸਰਾ ਅਸੀਂ 14 ਅਕਤੂਬਰ ਵਾਲੇ ਦਿਨ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਲਾਣਤ ਪੱਤਰ ਭੇਜਾਂਗੇ ਉਸ ਇਲਾਕੇ ਦੇ ਆਗੂ ਜਿਹੜੇ ਉਸ ਟਾਈਮ MLA ਸੀਗੇ ਮਨਤਾਰ ਬਰਾੜ ਜੀ ਦੇ ਰਾਹੀਂ ਲਾਣਤ ਪੱਤਰ ਭੇਜਿਆ ਜਾਊਗਾ ਤੀਸਰਾ ਸੌਦਾ ਸਾਧ ਦੀ ਜੇ ਕੋਈ ਫੋਟੋ ਵੀ ਪਾ ਦਿੰਦਾ ਸੀਗਾ ਫੇਸਬੁੱਕ 'ਤੇ ਵਟਸਐਪ 'ਤੇ ਕੋਈ ਸਾਡਾ ਨੌਜਵਾਨ ਕੋਈ ਭਰਾ ਤਾਂ ਉਹਦੇ ਉੱਤੇ 295 ਇਹਦੇ ਪਰਚੇ ਕੀਤੇ ਹੋਏ ਆ ਬਹੁਤ ਸਾਰੇ ਵੀਰਾਂ 'ਤੇ ਅਸੀਂ ਉਹਨਾਂ ਦੇ ਲਈ ਵੀ ਸੰਘਰਸ਼ ਕਰਾਂਗੇ ਕਾਨੂੰਨ ਦੇ ਮਾਹਰਾਂ ਨਾਲ ਗੱਲ ਕਰਕੇ ਸੋ ਮੈਂ ਜਿੱਥੇ ਵੀ ਪੰਜਾਬ ਦੇ ਵਿੱਚ ਇਹਨਾਂ ਤੋਂ ਪੀੜਿਤ ਦੇਖੋ ਦੁਰਾਚਾਰੀ ਬੰਦੇ ਦੀ ਕੋਈ ਤਸਵੀਰ ਪਾ ਰਿਹਾ ਉਹਦੇ ਨਾਲ ਵੀ ਜਿਹੜਾ ਇਹਨਾਂ ਦੀ ਭਾਵਨਾ ਭੜਕਦੀ ਹੈ 295 ਇਹਦੇ ਜਿਹੜੇ ਪਰਚੇ ਨੇ ਉਹ ਰੱਦ ਜਿਹੜੇ ਰੱਦ ਹੋਣੇ ਚਾਹੀਦੇ ਆ ਉਹਦੇ 'ਤੇ ਵੀ ਅਸੀਂ ਐਕਸ਼ਨ ਕਰਾਂਗੇ ਇੰਨਾ ਕੁ ਸਾਡਾ ਦੇਸ਼ ਵਿਦੇਸ਼ ਕੀ ਰਾਜ ਪ੍ਰਦੇਸ਼ ਕੀ ਸਭੀ ਤਰ੍ਹਾਂ ਕੀ ਖਬਰੋਂ ਸੇ ਜੁੜੇ ਰਹਿਣੇ ਕੇ ਲਿਏ ਹਮਾਰੇ ਚੈਨਲ ਕੋ ਸ਼ੇਅਰ ਕਰੇ ਅੱਛਾ ਲਗੇ ਤੋ ਲਾਈਕ ਕਰੇ ਔਰ ਆਗੇ ਬਨੇ ਰਹਿਣੇ ਕੇ ਲਿਏ ਸਬਸਕ੍ਰਾਈਬ ਕਰੇ